ਸ੍ਰੀਕਾਲ ਜੀ। ਭਾਈ ਯਾਰ ਹੋ ਗਿਆ ਲੇਟ ਅੱਜ ਯਾਰ, ਦੱਸੋ ਯਾਰ। ਉਹ ਨਹੀਂ, ਲੇਟ ਦੀ ਨਹੀਂ ਗੱਲ, ਮੈਂ ਇੰਨੀਆਂ ਗੱਲਾਂ ਕਰਨੀਆਂ ਸੀਗੀਆਂ। ਤੂੰ ਫੋਨ ਕੀਤਾ, ਮੈਂ ਭਾਜੀ ਆ ਰਿਹਾ, ਤੂੰ ਆਇਆ ਆਪਣੀ, ਹੁਣ ਤੂੰ ਆ ਰਿਹਾ, ਗੱਡੀ ਤੇਰੀ ਹੋ ਲੱਗੀ ਹੈ। ਭਾਈ ਮੇਰੀ ਗੱਲ ਸੁਣ ਇੱਕ ਮਿੰਟ, ਗੱਡੀ ਮੇਰੀ ਜ਼ਰੂਰ ਉੱਥੇ ਲੱਗੀ ਆ, ਮੈਂ ਆਪਣੇ ਯਾਰ ਦੋਸਤ ਨੇ ਕਿਤੇ ਗਿਆ ਹੋਇਆ ਸੀਗਾ, ਗੱਡੀ ਮੇਰੀ ਸ਼ੇਰ ਦੀ। ਫੋਨ ਕਰ ਲੈ, ਮਾਮਾ ਕੱਲ ਹੀ ਸੱਦਣਾ ਸੀ। ਉਹ ਤਾਂ ਉਹ ਯਾਰ ਲੜਾਈ ਤਾਂ ਉੱਥੇ ਦੱਸਾਂਗਾ ਬਾਅਦ ਚ, ਇੱਧਰ ਦਾ ਉਹ ਗੱਲ ਸੁਣੋ। ਇੱਧਰ ਕੀ ਆ, ਮੈਂ ਐਡੀ ਵੱਡੀ ਗੱਲ ਲੈ ਕੇ ਆਇਆ ਸੀ। ਕੀ ਗੱਲ ਹੋ ਗਈ? ਗੱਲ ਮੈਨੂੰ ਇਹ ਆ ਕਿ ਦੇਖੋ, ਲਓ ਮੁੱਖ ਮੰਤਰੀ ਭਗਵੰਤ ਮਾਨ। ਹਾਂਜੀ, ਅੱਜ ਫਿਰ ਟੋਪਿਕ ਭਗਵੰਤ ਮਾਨ ਦਾ ਹੀ। ਉਹ ਯਾਰ ਬੰਦਾ ਹੀ ਭੈਣ ਦਾ ਬੜਾ ਹੱਥ ਨਿਕਲਿਆ। ਹਾਂਜੀ, ਮੈਂ ਕਹਿੰਦਾ ਗੁਰੂ ਬੰਦਾ ਨਿਕਲਿਆ। ਕੀ ਗੱਲ ਹੋ ਗਈ? ਹੁਣ ਚੱਕ ਨਾ ਉਹ ਸਿੰਗਲਾ ਜਿਹੜਾ ਚਾਕੇ ਪਰੇ ਮਾਰੇ, ਉਹ ਜਿਹੜਾ ਥਾਪੀਆਂ ਮਾਰਦਾ ਸੀਗਾ, ਥਾਪੀਆਂ ਉਹ ਜਿਹੜਾ ਮੁੱਸੇ ਵਾਲਾ ਇਨਸਾਫ ਨਾਲ ਸੱਚਾਈ ਨਾਲ ਤੁਰਾਂਗੇ, ਇੱਕ ਨੰਬਰ ਕਮਿਸ਼ਨ ਫੜਦਾ ਫੜਿਆ ਗਿਆ, ਭਗਵੰਤ ਮਾਨ ਨੇ ਫੜ ਲਿਆ। ਦੱਸ ਭਾਈ, ਜੋ ਆਪਣੇ ਬੰਦੀ ਫੜੀ ਜਾਂਦੀ ਹੈ ਸੀ ਆਰ ਕਮਿਸ਼ਨ ਨਾਲ। ਹੁਣ ਚਾਕੇ ਭਰਾਵਾ ਚਾਕੇ ਮਾਰਿਆ ਕੈਬਨਿਟ ਚੋ ਬਾਹਰ। ਭਗਵੰਤ ਮਾਨ ਮੇਰੇ ਰੂਹ ਹੀ ਬਾਗੋ ਬਾਗ ਹੋ ਗਈ। ਲੋਕੀ ਕਹਿੰਦੇ ਆ ਭਗਵੰਤ ਮਾਨ ਨੇ ਕੁੜੀਆਂ ਦੀ ਪੈਨਸ਼ਨ ਨੀ ਦਿੱਤੀ, ਯੇ ਨੀ ਦਿੱਤਾ, ਵੋ ਨੀ ਦਿੱਤਾ। ਦਊਗਾ ਯਾਰ, ਹੁਣ ਉਹਨੂੰ ਬਹਿ ਤਾਂ ਲੈਣ ਦੋ ਕੁਰਸੀ ਤੇ ਚੰਗੀ ਤਰ੍ਹਾਂ। ਮੈਨੂੰ ਤਾਂ ਭਗਵੰਤ ਮਾਨ ਤੇ ਯਕੀਨ ਹੀ ਨਹੀਂ ਸੀ, ਇਹ ਪਤਾ ਵੀ ਦਊਗਾ ਪਰ ਦਊਗਾ ਇਨਸਾਨ ਯਾਰ ਗੱਲ ਪਤਾ ਕੀ ਆ, ਬਾਕੀ ਆਹੀ ਮੈਂ ਲੈ ਕੇ ਨਾ ਕਮਿਸ਼ਨਾਂ ਤੇ ਖਾਂਦੇ ਸੀਗੇ, ਅਗਲੇ ਨੇ ਅਗਲਾ ਚਾਹੁੰਦਾ ਤੇ ਜਿਹੜੀ ਇਹਨੇ ਬੰਦੇ ਨੇ ਕਮਿਸ਼ਨ ਖਾਧੀ ਆ ਨਾ, ਇਹਨੂੰ ਉਹਦਾ ਆਪਣਾ ਬੰਦਾ ਹੀ ਲੁਕੋ ਵੀ ਸਕਦਾ ਸੀ ਭਗਵੰਤ ਮਾਨ, ਮੀਡੀਆ ਚ ਵੀ ਨੀ ਪਤਾ ਸੀ। ਉਹ ਭਾਜੀ ਇਹ ਤਾਂ ਨਾਇਕ ਫਿਲਮ ਵਾਲਾ ਨੀ, ਹੋਰ ਬਣ ਗਿਆ ਭਗਵੰਤ ਮਾਨ। ਉਹ ਕਹਿੰਦਾ ਨਾ, ਮੈਂ ਕਹਿੰਦਾ ਨਾ ਯਾਰ, ਪਤਾ ਕੀ ਗੱਲ ਆ, ਅਗਲਾ ਸ਼ੁਰੂ ਤੋਂ ਐਕਟਿੰਗ ਕਰਦਾ ਆਇਆ, ਸ਼ੁਰੂ ਤੋਂ ਅਗਲੇ ਨੇ ਚੀਜ਼ਾਂ ਦੇਖੀਆਂ, ਉਹ ਇਹਨਾਂ ਦੇ ਲੀਡਰਾਂ ਦੇ ਖਿਲਾਫ ਹੀ ਬੋਲਦਾ ਆਇਆ, ਭੈਣਾਂ ਸੜ ਗਈਆਂ, ਮਾਰਤੀਆਂ, ਦਹੇਜ ਤੋਂ ਮਾਰਤੀਆਂ। ਉਸ ਬੰਦੇ ਨੇ ਮੈਂ ਕਿਹਾ ਰੂਹ ਹੀ ਖੁਸ਼ ਕਰਤੀਆਂ ਯਾਰ, ਅਸੀਂ ਕਿਸੇ ਪਾਰਟੀ ਨਾਲ ਤਾਲੁਕਾਤ ਨੀ ਰੱਖਦੇ, ਠੀਕ ਆ, ਬੀਜੇਪੀ ਕਾਂਗਰਸ ਆਪਣੇ ਆਪਣੀ ਜਗ੍ਹਾ, ਸਾਰੇ ਯਾਰ ਆਪਣੇ ਸਾਰੇ ਯਾਰ ਦੋਸਤ ਹੈਗੇ ਹਰ ਪਾਰਟੀ ਹੈਗੇ ਆ ਸਾਰੇ, ਪਰ ਇਹ ਬੰਦੇ ਨੇ ਕਮਾਲ ਕਰਤੀ ਹੈ, ਇਹੋ ਜਿਹਾ ਬੰਦਾ ਦੇਖਿਆ ਨੀ ਪਹਿਲਾਂ ਯਾਰ। ਹਾਂ ਉਹਨੇ ਕਿਹਾ, ਕਹਿੰਦਾ ਚੱਲ ਅੰਦਰ, ਤਾਂ ਤੂੰ ਕੀ ਕਰਦਾ ਫਿਰਦਾ ਯਾਰ ਜੀ। ਉਹ ਚਾਹੁੰਦਾ ਤੇ ਕਿਸੇ ਮੀਡੀਆ ਦੇ ਬੰਦੇ ਨੂੰ ਪਤਾ ਨੀ ਸੀਗਾ ਭਈ ਇਹ ਕੰਮ ਹੋਇਆ, ਸਵਾ ਪਤਾ ਸੀ। ਫਿਰ ਅਗਲਾ ਭਗਵੰਤ ਮਾਨ ਕਹਿੰਦਾ ਲਿਆ ਪੈਸਾ ਇੱਧਰ ਵੀ, ਜੇ ਭਗਵੰਤ ਮਾਨ ਉਹ ਫੁੱਕਰ ਬੰਦਾ। ਸਹੀ ਗੱਲ ਆ, ਭਗਵੰਤ ਮਾਨ ਹੈਗਾ ਫੁੱਕਰ ਬੰਦਾ। ਉਹ ਕਹਿੰਦਾ ਮਾਮਾ ਨਾ ਮੈਂ ਖਾਣਾ ਤੇ ਨਾ ਖਾਣ ਤੇ, ਪਰ ਇਹ ਵੀ ਗੱਲ ਦੀ ਗੱਲ ਮੈਨੂੰ ਸਮਝ ਨਹੀਂ ਆਈ। ਸਹੀ ਮੈਂ ਦੱਸਾਂ ਤੇ ਕੇਜਰੀਵਾਲ ਨੂੰ ਚਾਹੀਦਾ ਸੀ ਕਿ ਨਾ ਨੀ ਆਉਂਦਾ, ਤੂੰ ਅੱਜ ਕਹਿਤਾ ਮੈਂ ਤੁਹਾਡੇ ਤੇ ਬਹੁਤ ਖੁਸ਼ ਹਾਂ ਭਗਵੰਤ ਮਾਨ ਜੀ, ਇਹ ਵੋ ਪੰਜਾਬੀ ਹੁੰਦੇ ਦਿਲ ਦੇ ਸਾਫ, ਜਿਹੜਾ ਮਰਜ਼ੀ ਮਗਰ ਲਾ ਲਵੇ ਉਹਨਾਂ ਨੂੰ, ਜਗ੍ਹਾ ਲੜਾਈ ਹੋਈ ਚੱਲ ਪਈ ਸਾਰੇ ਇਕੱਠੇ। ਕੇਜਰੀਵਾਲ ਨੂੰ ਇੱਕ ਗੱਲ ਚਾਹੀਦੀ ਸੀ ਕਿ ਤੂੰ ਅੱਜ ਕਹਿਣ ਡਿਆ ਏਦਾਂ, ਤੂੰ ਤਾਂ 9000 ਦਾ ਨਾਂ ਹੀ ਨਹੀਂ ਲਿਆ ਅੱਜ ਤੱਕ ਜਿੱਥੋਂ ਤੂੰ ਚੱਲਿਆ। ਇੱਕ ਵਾਰੀ ਕਹਿ ਦੇ ਵੀ 9000 ਉਹ ਸਰਦਾਰ ਪਟੇਲ ਮੋਦੀ ਕਰੀ ਜਾਂਦਾ, 9000 ਤਾਂ ਹਲੇ ਜੀਂਦਾ ਹੀ ਆ। ਇਹ ਵੀ ਗੱਲ ਸਹੀ ਹੈ। ਹੈਂ, ਇਹ ਮੈਂ ਡਰ ਕੇ ਨਹੀਂ ਕਹਿੰਦਾ ਘੁੰਮਦਾ, ਪਰ ਭਗਵੰਤ ਮਾਨ ਨੇ ਜਿਹੜੀ ਗੱਲ ਕੀਤੀ। ਉਸਤਾਦ ਜੀ ਹੁਣ ਮੈਨੂੰ ਇਹ ਦੱਸੋ, ਪਹਿਲਾਂ ਤੇ ਚਲੋ ਦਿੱਲੀ ਦਾ ਅਲੱਗ ਸੀ, ਪੰਜਾਬ ਦਾ ਅਲੱਗ ਸੀਗਾ, ਅੱਗੇ
ਖੇਤਾਂ ਨੂੰ ਅੱਗ ਲੱਗਦੀ ਸੀ ਤੇ ਕਹਿੰਦੇ ਸੀ ਉੱਧਰ ਅੱਗ ਜਾਂਦੀ ਹੈ ਜੀ, ਆਪਣੇ ਧੂੰਆਂ ਜਾਂਦਾ ਜੀ, ਪੋਲਿਊਸ਼ਨ ਫੈਲਦਾ ਦਿੱਲੀ, ਹੈ ਨਾ। ਹੁਣ ਤਾਂ ਸਰਕਾਰ ਇੱਕੋ ਹੋ ਗਈ ਹੈ ਅਤੇ ਹੁਣ ਕੀ ਫੈਲੂਗਾ। ਜਿਹੜੇ ਜਿਹੜੇ ਬੰਦੇ ਆਪਣੇ ਇੰਨੇ ਚਿਰ ਤੋਂ ਜਿਹੜੇ ਸਜ਼ਾ ਭੁਗਤ ਚੁੱਕੇ ਆ, 35-35 40-40 ਸਾਲ ਸਜ਼ਾ ਹੀ ਭੁਗਤੀ ਜਾਂਦੇ ਪਏ ਆ, ਅੰਦਰ ਬੈਠੇ ਆ, ਉਹਨਾਂ ਨੂੰ ਛੱਡਦੇ ਕਿਉਂ ਨਹੀਂ ਪਏ? ਦੇਖੋ ਜੀ, ਜੇ ਛੱਡੂਗੇ ਸੱਚ ਬਾਹਰ ਆ ਜੂਗਾ। ਕਹਿੰਦਾ ਉਹਦਾ ਬਿਆਨ ਸੀਗਾ, ਕਹਿੰਦਾ ਵੀ ਛੱਡਿਆ ਅਤੇ ਆਤੰਕਵਾਦ ਫੈਲਣ ਦਾ ਜੀ ਡਰ। ਕਾਹਦਾ ਆਤੰਕਵਾਦ? ਕੌਣ ਆਤੰਕਵਾਦ ਫੈਲਾਉਂਦਾ ਦੱਸ ਯਾਰ? ਕਹਿੰਦਾ ਜੀ ਕਰਦਾ ਆਤੰਕਵਾਦ, ਇੱਥੇ ਭੁੱਖੇ ਮਰਨ ਡੇ ਸਾਰੇ। ਆ ਭਗਵੰਤ ਮਾਨ 'ਤੇ ਥੋੜ੍ਹੀ ਜਿਹੀ ਉਮੀਦ ਬਣੀ ਆ ਹੁਣ, ਵੀ ਇਹ ਪਤਾ ਵੀ ਦਊਗਾ ਲੋਕਾਂ ਨੂੰ, ਠੀਕ ਨਹੀਂ ਜੋ ਮਰਜ਼ੀ ਆ। ਹੁਣ ਜੇ ਮੋਦੀ ਕਹਿੰਦਾ ਕਿ ਪਹਿਲਾਂ ਸਾਨੂੰ ਪਤਾ ਹੀ ਨਹੀਂ ਸਾਨੂੰ ਲੋਕਾਂ ਨੂੰ ਕਿ ਜੇ ਕੇਂਦਰ ਸਰਕਾਰ ਆਪਣਾ ਉਹ ਕਹਿੰਦੀ ਆ ਤੁਹਾਡੇ ਸਟੇਟ ਜਿਹੜਾ ਕੋਈ ਮੁੱਖ ਮੰਤਰੀ ਉਹ ਘਟਾਵੇ ਬੈਟ ਬੂਟ ਜੋ ਮਰਜ਼ੀ ਆ, ਤੁਹਾਡਾ ਹੋਰ ਪੈਟਰੋਲ ਸਸਤਾ ਹੋ ਜੂਗਾ। ਹੁਣ ਜੇ ਭਗਵੰਤ ਮਾਨ ਨੇ ਕਿਹਾ ਸਾਡਾ ਪੈਟਰੋਲ ਹੋਰ ਸਸਤਾ, ਬਾਕੀ ਉਹ ਕਹਿੰਦਾ ਸੋਨੇ ਚਿੜੀ ਬਣਾ ਦੋ, ਸੋਨੇ ਬਣਾ ਦੇਣੀ ਆ ਸੋਨੇ ਚਿੜੀ। ਬਾਕੀ ਮੈਂ ਸਾਡਾ ਮੁੱਖ ਮੰਤਰੀ ਜਿੱਥੇ ਭਗਵੰਤ ਮਾਨ ਝਾਕੇ ਕੇਜਰੀਵਾਲ ਗੁਜਰਾਤ ਲੈ ਗਿਆ ਉਹਨੂੰ, ਇੱਥੇ ਦਾ ਕੰਮ ਕਰ ਲੈਂਦੇ ਪਹਿਲਾਂ। ਆਪਣੀ ਜਗ੍ਹਾ ਤੇ ਉਹ ਸਹੀ ਕੰਮ ਕਰਦਾ ਪਿਆ। ਹੁਣ ਜੇ ਕੇਜਰੀਵਾਲ ਨੇ ਬੁਲਾਇਆ ਦਿੱਲੀ ਤੇ ਉਹ ਬੰਦਾ ਜਾਣਾ ਉਹਦਾ ਭਗਵੰਤ ਮਾਨ ਦਾ, ਪਰ ਲੋਕੀ ਸ਼ੱਕ ਕਰਦੇ ਪਤਾ ਨੀ ਕੇਜਰੀਵਾਲ ਦੇ ਇਸ਼ਾਰੇ ਤੇ ਚੱਲਦਾ ਇਹ ਚੱਕਰ। ਉਹਨੇ ਚੱਲਣਾ ਨੀ ਕਿਸੇ ਦੇ ਇਸ਼ਾਰੇ ਤੇ, ਉਹਨੇ ਕਰਨੀ ਆਪਣੀ ਆਪਣੀ ਕਰਨੀ, ਅਗਲੇ ਨੇ ਕਰਨੀ ਆਪਣੀ ਆ। ਮੈਂ ਉਹੀ ਗੱਲ ਕਹਿਣਾ ਚਾਹੁੰਦਾ ਅੱਜ ਵੀ ਭਗਵੰਤ ਮਾਨ ਨੂੰ ਸਪੈਸ਼ਲ ਇਹ ਗੱਲ ਕਹਿਣਾ ਚਾਹੁੰਦਾ, ਪਹਿਲੀ ਤਾਂ ਗੱਲ ਜਲੰਧਰ ਦੇ ਵਿੱਚ ਦਖਲ ਦਵੇ ਉਹ ਆਪ ਜੋ ਇਹ ਕੰਮ ਚੱਲਦਾ ਪਿਆ। ਥੋੜ੍ਹਾ ਜਿਹਾ ਆਪਣੇ MLA ਦੇ ਜਿਹੜੇ ਮਿਨਿਸਟਰ ਬਣਾਏ ਉਹਨਾਂ ਦੀ ਪੈਰਵਾਈ ਕਰ ਲਵੇ। ਲੋਕੀ ਬਹੁਤ ਖਿਲਾਫ਼ ਆ, ਕੁਛ ਇੱਦਾਂ ਦੇ ਬੰਦੇ ਬਣਾ ਦਿੱਤੇ ਉਹਨੇ ਜਿਹਨਾਂ ਦਾ ਸਮਾਨ ਫੜਿਆ ਗਿਆ ਜਾਂ ਜੋ ਵੀ ਫੜਿਆ ਗਿਆ। ਦੇਖੋ ਇੱਕ ਗੱਲ ਹੋਰ ਮੈਨੂੰ ਚੇਤੇ ਆਈ ਆ, ਇੱਕ ਆਪਾਂ ਜਦੋਂ ਦੇਖੀਦਾ ਸਾਡੇ ਕੋਲ ਕਾਗਜ਼ ਪੂਰੇ ਸਭ ਕੁਝ ਪੂਰੇ, ਫਿਰ ਪੁਲਿਸ ਰੋਕ ਲੈਂਦੀ ਹੈ ਇੱਦਾਂ ਫਲਾਨਾ, ਮੁੜ ਕੇ ਜਦੋਂ ਇਹਨਾਂ ਨੂੰ ਦੇਖੇ ਸ਼ਾਮਿਲ ਬੈਠੇ ਹੁੰਦੇ ਆ। ਉਹ ਯਾਰ ਮੈਂ ਨਾ ਪਰਸੋਂ ਚੋਰ ਦੀ ਗੱਲ ਆ, ਮੈਂ ਇੱਥੇ ਖੜਾ ਅਤੇ ਉਹ ਪੁਲਿਸ ਦੀ ਗੱਡੀ ਰੋਜ਼ ਸ਼ਾਮ ਨੂੰ ਨਾ ਅਤੇ ਦੁਪਹਿਰ ਜੀ ਨੂੰ ਉਹ ਸ਼ਾਮਿਲ ਲੱਗੀ ਹੁੰਦੀ ਆ। ਯਾਰ ਮੈਂ ਕਿਹਾ ਯਾਰ ਜੇ ਕਿਤੇ ਵਾਰਦਾਤ ਹੋਏ ਤਾਂ ਫਿਰ ਮੈਂ ਪੁੱਛਦਾ ਜਾ ਕੇ, ਮੈਂ ਕਿਹਾ ਭਾਈ ਇਹ ਵਾਰਦਾਤ ਕਿਤੇ ਹੋਏ? ਕਹਿੰਦਾ ਉਹਨੇ ਕੋਈ ਸਪੀਕਰ ਆ ਸਾਡੇ ਕੋਲ, ਸਾਨੂੰ ਫੋਨ ਆ ਜਾਂਦਾ ਜੀ। ਮੈਂ ਕਿਹਾ ਅਤੇ ਮੈਂ ਕਿਹਾ ਜਿਹੜਾ ਤੁਹਾਨੂੰ ਪੈਟਰੋਲ ਮਿਲਦਾ ਵਿੱਚ ਪਾਉਣ ਲਈ, ਗੱਡੀ ਵਿੱਚ ਪਾਉਣ ਲਈ ਤੇਲ ਮਿਲਦਾ ਹੀ ਆ ਸਰਕਾਰ ਨੂੰ, ਉਹ ਕਿੱਥੇ ਵਰਤਿਆ ਜਾਂਦਾ? ਫਿਰ ਉਦੋਂ ਵਰਤਿਆ ਜਾਂਦਾ ਜਦੋਂ ਫੋਨ ਆ ਜਾਂਦਾ ਕਿ ਜਦੋਂ ਤੁਸੀਂ ਚੱਕਰ 'ਤੇ ਲਾਓ, ਦੋ ਚਾਰ ਪਤਾ ਲੱਗੇ ਹਾਂ ਬਈ ਸਰਕਾਰ ਘੁੰਮਦੀ ਫਿਰਦੀ ਆ, ਲੋਕਾਂ ਲੋਕੀ ਅਲਰਟ ਰਹਿਣ ਕਿ ਜਦੋਂ ਭਾਵੇਂ ਜੋ ਗੱਡੀਆਂ ਦੇ। ਮੈਂ ਸਿੱਧੀ ਗੱਲ ਦੱਸਾਂ, ਥੱਲੜਿਆਂ ਨੇ ਸਰਕਾਰ ਕੋਲ ਹੁਣ ਭਗਵੰਤ ਮਾਨ ਇਕੱਲਾ ਆ, ਉਹ ਕਿਹੜਾ ਕਿਹੜਾ ਸਟਾਫ ਦੇਖੇ? ਹੁਣ ਉਹ ਰੋਜ਼ ਸਿਰੇ ਪੈਟਰੋਲ ਪਾ ਕੇ ਨਿਕਲ ਪਏ, ਪੁਲਿਸ ਕੀ ਕਰਦੀ ਪਈ ਆ, ਬੈਂਕ ਵਾਲੇ ਕੀ ਕਰਦੇ ਪਏ, ਫਲਾਨਾ ਕੌਣ ਕਰਦਾ ਪਿਆ, ਧਿਮਕੜਾ ਕੌਣ ਕਰਦਾ ਪਿਆ? ਉਹ ਜਿਹੜਾ ਕਹਿੰਦਾ ਮੰਤਰੀ ਹੈ ਜੀ ਉਹਦੇ ਕੋਲ ਗੱਲ ਪਜਾਉਂਗੇ ਤਾਂ ਆ। ਉਹ ਜਿਹੜਾ ਮੈਮ ਜਿਹੜਾ ਅਜੇ ਤੋਂ ਉਮੀਦ ਸੀ ਡਾਕਟਰ ਸੀਗਾ, ਉਹ ਆਪ ਅੰਦਰ ਹੋ ਗਿਆ ਸਿੰਗਲਾ ਸਾਹਿਬ, ਉਹ ਵਾਕਈ ਸਿੰਗਲ ਰਹਿ ਗਏ। ਸਿੰਗਲਾ ਸਾਹਿਬ 1% ਮੰਗੀ ਜਾਂਦੇ ਆ ਜਿੱਦਾਂ ਪ੍ਰੋਪਰਟੀ ਦਾ ਸੌਦਾ ਕਰਾਉਂਦੇ ਆ, ਇਹ ਤਾਂ ਗੱਲ ਮਾੜੀ ਆ। ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਅਗਲੇ ਨੇ ਪੀਲੀ ਦਸਤਾਰ ਬੰਨ ਲਈ, ਭਗਤ ਸਿੰਘ ਬਣ ਗਿਆ ਅਗਲਾ, ਭਗਤ ਸਿੰਘ ਦੀ ਰਾਹ 'ਤੇ ਤੁਰ ਪਿਆ ਅਗਲਾ, ਅਤੇ ਤੂੰ ਪਾਗਲ ਹੋਇਆ 1% ਮੰਗਣ ਡਿਆ, ਤੂੰ ਕੋਲੋਂ ਦੇ ਪੈਸੇ? ਬੇਵਕੂਫੀ ਹੈ ਯਾਰ, ਬੇਵਕੂਫੀ ਹਾਲੇ ਹੋਰ ਫਸ ਨਹੀਂ ਦੇਖੀ ਚੱਲ। ਉਹ ਕਹਿੰਦੇ ਜੀ ਭਗਵੰਤ ਮਾਨ ਆ ਗਿਆ ਪੰਜਾਬ ਜਿੱਦਾਂ ਹੋਊ, ਮੈਂ ਕੋਈ ਗੱਲ ਨਹੀਂ। ਲੋਕੀ ਕਹਿੰਦੇ ਜੀ ਉੱਥੇ ਦਿੱਲੀ ਪਾਈਆਣਾ ਪਾਈਆ ਫਰੀ ਮਿਲਦਾ, ਕੇਜਰੀਵਾਲ ਸਾਹਿਬ ਨੇ ਹੁਕਮ ਦੇ ਦਿੱਤਾ। ਮੈਂ ਕਿਹਾ ਭਰਾਵਾ ਇੱਥੇ ਨਾ ਕਰਦੀ ਉਹ ਪਾਈਆਣਾ ਪਾਈਆ ਫਰੀ, ਇੱਥੇ ਅੱਗੇ ਟੱਲੀ ਹੋਈ ਫਿਰਦੇ ਆ, ਮੈਂ ਥੰਬ ਇੱਥੇ ਪੰਜਾਬ ਦਾ ਆ ਕੇ ਭਾਵੇਂ ਸ਼ਰਾਬੀਆਂ ਭਗਵੰਤ ਮਾਨ ਨੂੰ ਸਾਰਿਆਂ ਨੂੰ ਪਹਿਲਾਂ ਬਜ਼ੁਰਗਾਂ ਦੀ ਸੋਚਣੀ ਚਾਹੀਦੀ ਹੈ। ਗੱਲ ਖਤਮ। ਸਹੀ ਗੱਲ।
बहुत गल्लां कर लियां लोकी आई बोर ही ना हो जाना बोर गल नहीं होना जिहड़ियां सच गल्लां ओह करी दियां जे लोकी बोर हुंदे ना सच्चाई सुन के राजी नहीं ना कोई नहीं सुन के राजी ते आपणा पता की चक्कर है अजकल की सुनदे गालां कढ लैण ओह लोकी सुनदे आ ओह कोई ओह कुड़ी होवे जे व्लॉग च पाकिस्तान दा ड्रामा होवे जुगतां होण आ चीजां सुनदे आ छड्या करो पता की दुनिया देख के सच्चाई नहीं पता दुनिया टेंशन च किन्नी क टेंशन च ए नहीं पता चलो चंगा जी व्लॉग चंगा लगा हुआ ते सब्सक्राइब कर दियो लाइक कर दियो शेयर कर दियो जे नहीं चंगा लगा वो तो डिसलाइक कर दियो जिद्दां तुहाडा दिल करे उद्दां।